ਖਾਸ ਚੰਡੀਗੜ੍ਹ ਦੇ ਆਈ ਟੀ ਪਾਰਕ ਵਿਖੇ ਅਸੀਂ ਆਏ ਹਾਂ ਕਿਉਂਕਿ ਇੱਥੇ ਫਿਲਮ ਰੇਡੂਆ ਦਾ ਸ਼ੂਟ ਚੱਲ ਰਿਹਾ। ਇਹ ਰੇਡੂਆ ਫਿਲਮ ਦੇ ਵਿੱਚ ਕੌਣ ਕੌਣ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਫਿਲਮ ਹੈ, ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਹਰ ਬੜੀ ਗਰਮੀ ਹੈ, ਵੈਨਿਟੀ ਵੈਨ ਇੱਧਰ ਲੱਗੀ, ਅੰਦਰ ਏਸੀ ਵੀ ਚੱਲ ਰਿਹਾ, ਉੱਧਰ ਚੱਲਦਾ। ਮਾਈ ਗੋਡ, ਬਈ ਤਾਨੇ ਬੰਦੇ ਜਿਹੜੇ ਇੰਨੀ ਗਰਮੀ 'ਚ ਵੀ ਸ਼ੂਟ ਕਰ ਰਹੇ ਨੇ, ਅਸੀਂ ਤਾਂ ਵੈਨਿਟੀ ਵੈਨ ਦੇ ਵਿੱਚ ਆ ਗਏ, ਏਸੀ ਚੱਲ ਰਿਹਾ, ਥੋੜ੍ਹਾ ਰਿਲੈਕਸ ਫੀਲ ਕਰ ਰਿਹਾ। ਰੇਡੂਆ ਫਿਲਮ, ਭਾਅ ਜੀ ਕੀ ਹਾਲ ਚਾਲ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ। ਪੀ ਡੀ ਸੀ ਜਿਹੜੇ ਦੇਖ ਰਹੇ ਨੇ, ਔਰ ਜਦੋਂ ਵੀ ਪੀ ਡੀ ਸੀ ਸੈੱਟ 'ਤੇ ਆਉਂਦਾ, ਆਡੀ ਮਤਲਬ ਖੁਸ਼ੀ ਹੁੰਦੀ ਹੈ, ਨਾਲ ਲੱਕੀ ਵੀ ਹੁੰਦਾ, ਫਿਲਮ ਸੁਪਰ ਹਿੱਟ ਹੋ ਜਾਂਦੀ। ਬਿਲਕੁਲ ਬਿਲਕੁਲ, 100% ਲੱਕੀ ਹੁੰਦਾ। ਅੱਛਾ ਭਾਅ ਜੀ, ਅਸੀਂ ਰੇਡੂਆ ਦਾ ਜ਼ਿਕਰ ਕਰ ਰਹੇ ਸੀ, ਕਿਹਾ ਜਾ ਰਿਹਾ ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਕੋਈ ਫਿਲਮ ਤੁਸੀਂ ਬਣਾਉਣ ਜਾ ਰਹੇ ਹੋ, ਇਹ ਕੀ ਮਤਲਬ ਮਾਜਰਾ ਕੀ ਹੈ? ਮਾਜਰਾ ਇੱਦਾਂ ਕਿ ਰੇਡੂਆ ਪੰਜਾਬੀ 'ਚ ਰੇਡੂਆ ਕਹਿੰਦੇ ਨੇ, ਅੰਗਰੇਜ਼ੀ 'ਚ ਰੇਡੀਓ ਨੂੰ। ਸੋ ਇਹ ਪਹਿਲੀ ਸਾਇੰਸ ਫਿਕਸ਼ਨ ਫਿਲਮ ਆ ਟਾਈਮ ਟਰੈਵਲ ਦੇ ਉੱਤੇ। ਮਤਲਬ ਇਹਦੇ ਵਿੱਚ ਜਿਹੜੇ ਚਾਰ ਕਿਰਦਾਰ ਨੇ ਮੇਰੇ, ਸਤਿੰਦਰ ਸੱਤੀ, ਗੁਰਪ੍ਰੀਤ ਘੁੱਗੀ ਭਾਅ ਜੀ, ਬੀ ਐਨ ਸ਼ਰਮਾ ਅਤੇ ਮੈਂ, ਅਸੀਂ 62 ਸਾਲ ਪਿੱਛੇ ਚਲੇ ਜਾਂਦੇ ਹਾਂ ਟਾਈਮ 'ਚ, ਅਤੇ 1955 'ਚ, ਅਤੇ ਉੱਥੇ ਜਾ ਕੇ ਫਿਰ ਅਸੀਂ ਇਹੀ ਰੇਡੂਆ ਕਿਵੇਂ ਉੱਥੋਂ ਦੀ ਟੈਕਨੀਕ ਨਾਲ ਬਣਾਉਂਦੇ ਹਾਂ, ਇਟਸ ਆਲ ਅਬਾਊਟ ਦੈਟ। ਅਤੇ ਭਾਅ ਜੀ, ਸਾਇੰਸ ਫਿਕਸ਼ਨ ਇਹਦੇ ਵਿੱਚ ਜਿਵੇਂ ਟਾਈਮ ਟਰੈਵਲ ਦੀ ਗੱਲ ਹੈ, ਟਾਈਮ ਟਰੈਵਲ ਦਾ ਐਕਸਪੈਰੀਮੈਂਟ ਬਾਲੀਵੁੱਡ ਵਿੱਚ ਵੀ ਹੋਇਆ ਪਰ ਸਕਸੈਸਫੁਲ ਨਹੀਂ ਰਿਹਾ, ਪੰਜਾਬੀ ਸਿਨੇਮਾ ਲਈ ਨਵਾਂ ਵੀ ਹੈ ਪਰ ਕੁਝ ਵੱਖਰਾ ਵੀ ਹੈ। ਹਾਂ ਬਿਲਕੁਲ ਵੱਖਰਾ ਹੈ, ਕਿਉਂਕਿ ਤੁਸੀਂ ਦੇਖੋ ਕਿ ਪੰਜਾਬੀ ਸਿਨੇਮਾ 'ਚ ਅੰਗਰੇਜ਼ ਜਾਂ ਜਿਹੜੀ ਵੀ ਫਿਲਮਾਂ ਪਹਿਲਾਂ ਆਈਆਂ ਨੇ, ਲਾਹੌਰੀਆ, ਇਹ ਸਾਰੀਆਂ ਇੱਕ ਤਰ੍ਹਾਂ ਦੇ ਪੀਰੀਅਡ ਫਿਲਮਾਂ ਸੀਗੀਆਂ, ਅਤੇ ਅਸੀਂ ਪੀਰੀਅਡ ਵੀ ਦਿਖਾ ਰਹੇ ਹਾਂ ਬਟ 4 ਨਵੇਂ ਬੰਦੇ ਭੇਜ ਰਹੇ ਹਾਂ ਉੱਥੇ। ਔਰ ਮੈਨੂੰ ਲੱਗਦਾ ਕਿ ਪੰਜਾਬੀ ਇਹਨੂੰ, ਕਿਉਂਕਿ ਪੰਜਾਬੀ ਨੂੰ ਨਾ ਕਾਮੇਡੀ ਦੇਖਣਾ ਬਹੁਤ ਪਸੰਦ ਹੈ, ਐਂਟਰਟੇਨਮੈਂਟ ਬਹੁਤ ਪਸੰਦ ਹੈ, ਅਸੀਂ ਇਹੀ ਇੱਦਾਂ ਦੇ ਜਾਂ ਐਂਟਰਟੇਨਮੈਂਟ ਕਰਾਂਗੇ ਜਾਂ ਖਾਣਾ ਖਾਵਾਂਗੇ। ਸੋ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਐਂਟਰਟੇਨਮੈਂਟ ਫੁੱਲ ਆਉਣੇ ਬਿਕੋਜ਼ ਆਫ ਦਾ ਸਬਜੈਕਟ। ਔਰ ਜਿਹੜੇ ਦਾ VFX ਵੀ ਕਰ ਰਹੇ ਨੇ ਉਹ ਇੱਕ UK ਦੀ ਟੀਮ ਆ, ਸਪੈਸ਼ਲੀ ਜਿਹਨਾਂ ਨੇ ਲਾਰਡ ਆਫ ਦਾ ਰਿੰਗਸ, ਆਇਰਨ ਮੈਨ ਵਰਗੀਆਂ ਫਿਲਮਾਂ ਦਾ VFX ਕੀਤਾ। ਅਤੇ ਉਸ ਏਰਾ ਨੂੰ ਡਿਸਕ੍ਰਾਈਬ ਕਰਨ ਵਾਸਤੇ ਜਿੰਨੀ ਲੋੜ ਸਕ੍ਰਿਪਟਿੰਗ ਦੇ ਵਿੱਚ ਹੋਵੇਗੀ ਉਨੀ ਲੋੜ ਸੈੱਟ ਦੇ ਵਿੱਚ ਵੀ ਹੋਵੇਗੀ, ਉਨੀ ਲੋੜ ਜਿਹਨੂੰ ਕਹਿੰਦੇ ਡਾਇਲੋਗ ਦੇ ਉੱਤੇ ਵੀ ਉਨਾ ਕੰਮ, ਕਿਉਂਕਿ ਕੁਝ ਇੱਕ ਅਲਫਾਜ਼ ਨੇ ਉਦੋਂ ਵਰਤੇ ਜਾਂਦੇ ਸੀ, ਅੱਜ ਕੱਲ੍ਹ ਨਹੀਂ ਵਰਤੇ। ਬਿਲਕੁਲ, ਸਾਡੀ ਜਿਹੜੀ ਮੈਂ ਸਕਰੀਨ ਪਲੇ ਵੀ ਲਿਖਿਆ ਇਹਦਾ, ਅਤੇ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਬੰਨੇ ਜਾਣਾ, ਹੁਣ ਅੱਜ ਕੱਲ੍ਹ ਕੌਣ ਕਹਿੰਦਾ ਬੰਨੇ ਜਾਣਾ, ਉਹ 55 'ਚ ਕਿਵੇਂ 2017 ਵਾਲਿਆਂ ਨੂੰ ਕਹਿੰਦਾ ਬੰਨੇ ਜਾਣਾ, ਕਹਿੰਦਾ ਬੰਨੇ ਕੀ ਹੁੰਦਾ, ਉਹ ਕਹਿੰਦਾ ਯਾਰ ਲੂ ਆਈ ਹੈ, ਉਹ ਕਹਿੰਦਾ ਲੂ ਜਾਣਾ ਆਪਾਂ, ਉਹ ਕਹਿੰਦਾ ਹਾਂ ਭਾਅ ਜੀ ਬੜੀ ਲੂ ਚੱਲਦੀ ਹੈ, ਜੁਲਾਈ ਦਾ ਮਹੀਨਾ ਬਾਈ, ਲੂ ਕੰਢੇ ਖੜ੍ਹੇ ਹੋ ਗਏ। ਸੋ ਇੱਦਾਂ ਦੇ ਵਰਡਸ ਡੈਫੀਨੇਟਲੀ ਦੇਰ ਨੇ, ਜਿਨ੍ਹਾਂ ਨੂੰ ਡਿਸਕ੍ਰਾਈਬ ਘੁੱਗੀ ਭਾਅ ਜੀ ਔਰ ਸ਼ਰਮਾ ਜੀ ਤੋਂ ਵੱਧ ਤਾਂ ਕੋਈ ਦੁਨੀਆਂ 'ਚ ਕਰ ਹੀ ਨਹੀਂ ਸਕਦਾ। ਮੈਂ ਮਿਲਾਨਾ ਆਪਣੇ ਵਨ ਆਫ ਦਾ ਬੈਸਟ ਕਰੈਕਟਰਸ ਨੂੰ। ਸ਼ਰਮਾ ਜੀ ਪਹਿਚਾਨੇ ਨਹੀਂ ਜਾ ਰਹੇ, ਕੀ ਗੱਲ, ਮਤਲਬ ਬੁਰੀ ਨਜ਼ਰ ਲਾਈ ਸੀ ਕਿਸੇ ਨੂੰ? ਨਹੀਂ, ਮੈਂ ਹਲੇ ਮੇਕਅਪ ਨਹੀਂ ਕਰਾਇਆ, ਅਸਲ ਵਿੱਚ ਇਹੋ ਜਿਹਾ ਹੀ ਹੈ ਮੇਰਾ ਚਿਹਰਾ ਨਾ, ਇਹ ਮਤਲਬ ਜੇ ਤੁਸੀਂ ਆਮ ਲਾਈਫ ਦੇ ਵਿੱਚ ਮੈਨੂੰ ਘਰ ਮਿਲੋਗੇ ਨਾ ਤਾਂ ਇੱਦਾਂ ਦਾ ਹੀ ਮਿਲਾਂਗਾ, ਹਲੇ ਮੇਕਅਪ ਨਹੀਂ ਹੋਇਆ। ਇਹਦਾ ਮਤਲਬ ਘਰ ਦੇ ਵਿੱਚ ਸ਼ਰਮਾ ਜੀ ਜ਼ਿਆਦਾ ਟਾਈਮ ਕਿਚਨ 'ਚ ਬਿਤਾਉਂਦੇ ਨੇ ਲੱਗਦਾ, ਉਹਦੇ ਕਾਰਨ ਹੈ ਮੂੰਹ ਜਿਹੜਾ ਉਹ ਜਿਹਾ ਰੰਗਤ ਹੋ ਜਾਂਦੀ। ਇਹ ਤਾਂ ਫਿਰ ਗਲਤ ਗੱਲ ਕਹਿਤੀ ਤੁਸੀਂ, ਅਸਲ ਵਿੱਚ ਹੋਇਆ ਇਸ ਤਰ੍ਹਾਂ, ਮੈਂ ਕਿਸੇ ਦੇ ਨਾ ਗਲਤ ਘਰ ਵਿੱਚ ਵੜ ਗਿਆ ਸੀਗਾ ਤਾਂ ਮੂੰਹ ਕਾਲਾ ਕਰਤਾ ਉਹਨਾਂ ਨੇ। ਅੱਛਾ, ਐਕਚੁਅਲੀ ਮੈਂ ਥੋੜ੍ਹੀ ਦੱਸ ਦਿੰਦਾ, ਇਹ ਫਿਲਮ ਦਾ ਸੀਨ ਹੈ ਸਾਡਾ ਜੋ ਮੁਹੂਰਤ ਵਾਲੇ ਪਹਿਲੇ ਦਿਨ ਅਸੀਂ ਸ਼ੂਟ ਕਰ ਰਹੇ ਹਾਂ, ਜਦੋਂ ਸ਼ਰਮਾ ਜੀ ਕੋਈ ਇਹੋ ਜਿਹਾ ਕਾਂਡ ਕਰਕੇ ਆਏ ਨੇ ਕਿ ਬੰਦੇ ਇਹਨਾਂ ਦੇ ਪਿੱਛੇ ਪਏ ਹੋਏ ਨੇ ਔਰ ਆ ਇਹਨਾਂ ਦਾ ਹਾਲ ਆ। ਸੋ ਦੈਟਸ ਦਾ ਸੀਨ। ਅਤੇ ਸ਼ਰਮਾ ਜੀ ਟਰੈਵਲ ਕਰ ਰਹੇ ਹਾਂ, 62 ਸਾਲ ਪਿੱਛੇ ਜਾ ਰਹੇ ਹਾਂ, ਮਤਲਬ ਪਿੱਛੇ ਦੀਆਂ ਬਹੁਤ ਸਾਰੀਆਂ ਯਾਦਾਂ ਅਜਿਹੀਆਂ ਹੋਣਗੀਆਂ, ਤੁਹਾਡੀ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਜਿਵੇਂ ਸਕ੍ਰਿਪਟ ਦੇ ਵਿੱਚ ਕੀ ਰਹਿੰਦੀ ਕਿ ਹਾਂ ਬਈ ਉਦੋਂ ਇਹ ਚੀਜ਼ ਹੋਇਆ ਕਰਦੀ ਸੀ ਜਾਂ ਇਹ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਆਪ? ਦੇਖੋ ਕੀ ਹੈ ਕਿ ਜੋ ਪੁਰਾਣਾ ਟਾਈਮ ਹੈ ਉਹ ਜਿੰਨਾ ਕੁ ਮੈਨੂੰ ਯਾਦ ਸੀਗਾ ਉਨਾ ਕੁ ਮੈਂ ਜ਼ਰੂਰ ਨਵ ਬਾਜਵਾ ਜੀ ਨਾਲ ਸ਼ੇਅਰ ਕੀਤਾ ਹੈ, ਪਰ ਮੇਨ ਗੱਲ ਇਹ ਹੈ ਕਿ ਇਹਨਾਂ ਨੇ ਆਪਣੇ ਆਪ ਦੇ ਵਿੱਚ ਹੀ ਕਹਾਣੀ ਨੂੰ ਇੰਨਾ ਪਰਫੈਕਟ ਬਣਾਇਆ ਹੋਇਆ ਕਿ ਮੇਰਾ ਖਿਆਲ ਨਹੀਂ ਹੈ ਕਿ ਉਹਦੇ ਵਿੱਚ ਕੁਛ ਘਟਾਉਣ ਜਾਂ ਵਧਾਉਣ ਦੀ ਲੋੜ ਹੈ। ਸ਼ਰਮਾ ਜੀ ਤੁਸੀਂ ਨੱਗ ਵੀ ਬੜੇ ਪਾਏ ਹੋਏ ਨੇ, ਟਿੱਕਾ ਵੀ ਲਾਇਆ, ਕਿ ਮਤਲਬ ਕੋਈ ਫਿਊਚਰ ਵਗੈਰਾ ਵੀ ਦੱਸ ਰਹੇ ਹੋ, ਹੱਥ ਹੱਥ ਵੀ ਪੜ੍ਹ ਰਹੇ ਹੋ? ਨਹੀਂ, ਇਹਦੇ ਵਿੱਚ ਕਰੈਕਟਰ ਇਹੋ ਜਿਹਾ ਇਹਨਾਂ ਨੇ ਮੈਨੂੰ ਦਿੱਤਾ ਹੈ ਕਿ ਜਿਹੜਾ ਗ੍ਰਹਿਆਂ ਤੋਂ, ਨਕਸ਼ਤਰਾਂ ਤੋਂ, ਟਾਈਮ ਤੋਂ, ਇਹਨਾਂ ਤੋਂ ਬੜਾ ਡਰਦਾ ਹੈ, ਇਹਨਾਂ ਦੀ ਬੜੀ ਰਿਸਪੈਕਟ ਕਰਦਾ ਹੈ, ਔਰ ਇਸ ਕਰਕੇ ਬਚਾਵ ਵਾਸਤੇ ਮੁੰਦੀਆਂ ਪਾ ਰੱਖਦਾ ਹੈ, ਪਰ ਬਚਾਵ ਤਾਂ ਹੁੰਦਾ ਹੁੰਦਾ ਕੁਛ ਨਹੀਂ ਹੈ। ਰੇਡੂਆ ਦਾ ਤੁਸੀਂ ਆਪਣਾ ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡਾ ਆਲ ਟਾਈਮ ਫੇਵਰੇਟ ਰਹੇ, ਅਤੇ ਜਦੋਂ ਅਮੀਨ ਸੈਨੀ ਸਾਹਿਬ ਕਿਹਾ ਕਰਦੇ ਸੀ ਉਹ, ਤਾਂ ਤੁਹਾਨੂੰ ਉਹ ਗਾਣਾ ਜਿਹੜਾ ਉਹ ਅਕਸਰ ਯਾਦ ਆ ਜਾਂਦਾ? ਪੁਰਾਣੇ ਤਾਂ ਜੀ ਸਾਰੇ ਗਾਣੇ ਫੇਵਰੇਟ ਹੈ ਮੇਰੇ, ਔਰ ਉਹ ਦੌਰ ਦੇ ਇਹੀ ਤਾਂ ਖਾਸੀਅਤ ਸੀਗੀ ਕਿ ਲਿਖਣ ਵਾਲੇ ਵੀ
ਬੇਕਮਾਲ ਸੀਗੇ, ਬਾਕਮਾਲ ਸੀਗੇ, ਮਿਊਜ਼ਿਕ ਡਾਇਰੈਕਟਰ ਵੀ ਬਾਕਮਾਲ ਸੀਗੇ ਔਰ ਸਿੰਗਰ ਵੀ। ਦਿਲਾਂ ਨੂੰ ਟੱਚ ਸ਼ਰਮਾ ਜੀ ਆਪਣੀ ਪਰਫਾਰਮੈਂਸ ਰਾਹੀਂ ਕਰਦੇ ਰਹੇ ਨੇ, ਹੋਰ ਵੀ ਲੋਕ ਨੇ ਜੋ ਟਾਈਮ ਦੇ ਨਾਲ ਟਰੈਵਲ ਕਰ ਰਹੇ ਨੇ ਪਿੱਛੇ, ਉਹਨਾਂ ਕੋਲ ਵੀ ਚੱਲਦੇ ਹਾਂ, ਅੱਗੇ ਚੱਲਦੇ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਅਸੀਂ ਆਪਣੇ ਸੈਕਿੰਡ ਖਾਸ ਗੈਸਟ ਕੋਲ, ਸਾਡੇ ਅਗਲੇ ਕੈਰੇਕਟਰ ਕੋਲ ਚੱਲਦੇ ਹਾਂ ਜੀ, ਜਿਹੜੇ ਵਨ ਆਫ ਦ ਟੌਪ ਮੋਸਟ, ਤੇ ਕੀ ਕਹਿ ਸਕਦਾ ਮੈਂ ਉਹਨਾਂ ਵਾਸਤੇ, ਬਿਲਕੁਲ ਉਹ ਆਪ ਹੀ ਕਹਿ ਦਿੰਦੇ ਜੀ। ਭਾਜੀ ਕੀ ਹਾਲ ਚਾਲ? ਹਾਂ ਹਾਂ, ਸਤਿ ਸ਼੍ਰੀ ਅਕਾਲ ਜੀ। ਸੋਰੀ ਜੀ, ਇਹਨੂੰ ਕਹਿੰਦੇ ਕਾਟਨ ਕੈਮਰਾ ਹੈ ਨਾ, ਸ਼ੂਟਿੰਗ ਆ ਕੇ ਸ਼ੁਰੂ ਨਹੀਂ ਕੀਤੀ, ਖਾਣਾ ਪਹਿਲਾਂ ਸ਼ੁਰੂ ਕਰਤਾ ਬੰਦੇ ਨੇ। ਭਾਜੀ ਟਾਈਮ ਦੇ ਨਾਲ ਟਰੈਵਲ ਹੋ ਰਿਹਾ, ਟਾਈਮ ਟਰੈਵਲ ਇੱਕ ਤਾਂ ਇਸ ਐਫਰਟ ਬਾਰੇ, ਕਿਉਂਕਿ ਜਿਵੇਂ ਕਹਿ ਰਹੇ ਬੱਚਿਆਂ ਲਈ ਜਿਹੜਾ ਅਟੈਂਪਟ ਹੈ ਉਹ ਪੰਜਾਬੀ ਸਿਨੇਮਾ ਵਿੱਚ ਬਹੁਤ ਘੱਟ ਹੋਇਆ। ਮੈਂ ਯਾਦ ਕਰਾਇਆ ਕਿ ਮਾਹੌਲ ਠੀਕ ਹੈ, ਇੱਕ ਬਣੀ ਸੀ, ਅਸੀਂ ਸਕੂਲ ਵੱਲੋਂ ਵੇਖਣ ਗਏ ਸੀ, ਅਤੇ ਹੁਣ ਇਹ ਅਟੈਂਪਟ ਬੱਚਿਆਂ ਲਈ ਵੀ ਹੋ ਰਿਹਾ, ਫੈਮਲੀਜ਼ ਲਈ ਵੀ ਹੋ ਰਿਹਾ, ਇਸ ਬਾਰੇ ਕੀ ਕਹੋਗੇ? ਭਾਜੀ ਮੈਂ ਇਸ ਗੱਲੋਂ ਬਹੁਤ ਖੁਸ਼ ਹਾਂ ਕਿ ਸਾਡੇ ਕੋਲ ਨਾ ਯੂਥ ਹੁਣ ਜਿਹੜਾ ਆ ਰਿਹਾ, ਨਵ ਬਾਜਵਾ ਵਰਗੇ ਜਿੱਦਾਂ ਯੰਗ ਮੁੰਡੇ ਆ ਰਹੇ ਨੇ, ਇਹ ਯੂਥਫੁੱਲ ਇੱਕ ਥੋਟ ਪ੍ਰੋਸੈਸ ਵੀ ਨਾਲ ਹੀ ਆ ਰਿਹਾ ਉਹ, ਕਿਉਂਕਿ ਜੇ ਅਸੀਂ ਲੋਕ ਹੀ ਕੰਮ ਕਰਦੇ ਰਹਾਂਗੇ ਨਾ, ਜਾਂ ਸਾਡੇ ਜਾਂ ਸਾਡੇ ਤੋਂ ਸੀਨੀਅਰ ਪੁਰਾਣੇ ਜਿਹੜੇ, ਉਹਨਾਂ ਦੀ ਸੋਚ ਨਾਲ ਕੰਮ ਚੱਲਦਾ ਰਹੇਗਾ, ਸਿਨੇਮਾ ਵਧੀਆ ਹੁੰਦਾ ਰਹੇਗਾ, ਪਰ ਉਹ ਸਟੇਲ ਹੋ ਜਾਏਗਾ ਇੱਕ ਲੈਵਲ 'ਤੇ ਜਾ ਕੇ। ਨਵੇਂ ਐਕਸਪੈਰੀਮੈਂਟ ਹੋਣੇ, ਨਵੀਂ ਚੀਜ਼ ਜਿਹੜੀ ਹੈ ਉਹ ਆਉਣੀ ਕਿਸੇ ਵੀ ਇੰਡਸਟਰੀ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦੀ ਹੈ। ਭਾਜੀ ਇਸ ਫਿਲਮ ਦੇ ਵਿੱਚ ਜਿਵੇਂ ਟਰੈਵਲ ਕੀਤਾ ਜਾ ਰਿਹਾ, ਜੇ ਫਰਜ਼ ਕਰੋ ਤੁਹਾਨੂੰ ਮੌਕਾ ਮਿਲੇ ਟਰੈਵਲ ਕਰਨ ਦਾ ਪਿੱਛੇ ਜਾਣ ਦਾ, ਅਤੇ ਕੀ ਆਪਣੀ ਜ਼ਿੰਦਗੀ 'ਚ ਅਜਿਹੀ ਚੀਜ਼ ਹੋਏਗੀ ਜਿਸ ਨੂੰ ਤੁਸੀਂ ਚੇਂਜ ਕਰਨਾ ਚਾਹੋਗੇ, ਜਾਂ ਕੋਈ ਅਜਿਹਾ ਫੈਸਲਾ ਜਿਸ ਨੂੰ ਤੁਸੀਂ ਚੇਂਜ ਕਰਨਾ ਚਾਹੋਗੇ? ਬਿਲਕੁਲ ਸਰ, ਮੈਂ ਮਤਲਬ ਵਿਆਹ ਕੈਂਸਲ ਕਰਾਵਾਂਗਾ ਆਪਣਾ, ਇਹ ਮਤਲਬ ਘਰ ਪਹੁੰਚ ਰਿਹਾ। ਗੱਲ ਦੱਸਦਾ ਕਿ ਐਟ ਦ ਐਂਡ ਆਫ ਦ ਫਿਲਮ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸ਼ਾਇਦ ਅਸੀਂ ਫਿਊਚਰ 'ਚ ਜਾ ਰਹੇ ਹਾਂ ਕਿ ਹੋਰ ਪਿੱਛੇ ਜਾ ਰਹੇ ਹਾਂ, ਇਹ ਵੀ ਮੈਂ ਤੁਹਾਨੂੰ ਦੱਸਦਾ। ਅਤੇ ਜਿੰਨੀਆਂ ਯਾਦਾਂ ਰੇਡੂਆ ਨਾਲ ਜੁੜੀਆਂ ਹੋਈਆਂ ਤੁਹਾਡੀ, ਉਹ ਕੁਝ ਨੇ ਜਦੋਂ ਉਸ ਟਾਈਮ 'ਤੇ ਕੋਈ ਗੀਤ ਵਜਿਆ ਕਰਦਾ ਸੀ ਜਾਂ ਪਹਿਲਾਂ ਪਹਿਲਾਂ ਐਕਸਪੀਰੀਅੰਸ? ਸੁਣੀ ਗੱਲ ਸੀ ਭਾਅ, ਰੇਡੂਆ ਤਾਂ ਮੇਰੀ ਜਾਨ ਹੁੰਦਾ ਸੀ ਭਾਅ, ਕਿਉਂਕਿ ਸਾਡੇ ਘਰ ਟੈਲੀਵਿਜ਼ਨ ਨਹੀਂ ਸੀ ਹੁੰਦਾ, ਇੰਟਰਟੇਨਮੈਂਟ ਦਾ ਸਾਧਨ ਉਦੋਂ ਨਹੀਂ ਨਹੀਂ ਸੱਚਾਈ ਹੈ ਕਿ ਟੀਵੀ ਨਹੀਂ ਸੀ ਘਰ 'ਚ ਹੁੰਦਾ ਭਾਅ ਜੀ, ਟੀਵੀ ਵੀ ਬੜੀ ਮੁਸ਼ਕਿਲ ਮਰ ਮਰ ਕੇ ਫਿਰ ਲਿਆ ਸੀ ਘਰਦਿਆਂ ਨੇ, ਉਹ ਵੀ ਕਿਸ਼ਤਾਂ 'ਤੇ ਲਿਆ ਸੀ, ਬਲੈਕ ਐਂਡ ਵਾਈਟ ਟੀਵੀ ਉਦੋਂ। ਅਤੇ ਮੇਰੇ ਖਿਆਲ ਆਇਆ ਵੀ ਸਾਡੇ ਘਰ ਪਹਿਲਾਂ ਟੈਕਸਲਾ ਦਾ ਟੀਵੀ ਸੀ ਆਪਣੇ, ਇੱਥੇ ਇਹੀ ਬਣਦੇ ਹੁੰਦੇ ਸੀ ਟੈਲੀਵਿਸਟਾ ਟੈਕਸਲਾ, ਹੈ ਨਾ, ਅਤੇ ਉਹ ਬਲੈਕ ਐਂਡ ਵਾਈਟ ਲਿਆ ਸੀ, ਜਿਹਦਾ ਐਂਟੀਨਾ ਵੀ ਉੱਪਰ ਜਾ ਕੇ ਸੈੱਟ ਕਰਨਾ ਪੈਂਦਾ, ਇੱਕ ਜਣਾ ਐਂਟੀਨਾ ਫੜ ਕੇ ਖਲੋਂਦਾ ਸੀ, ਬਾਕੀ ਫਿਲਮ ਦੇਖਦੇ ਸੀ। ਉਹ ਟੀਵੀ ਆਇਆ ਸੀ ਘਰ, ਉਸ ਤੋਂ ਪਹਿਲਾਂ ਰੇਡੀਓ ਦਾ ਮੈਨੂੰ ਬੜਾ ਪੈਸ਼ਨ ਹੁੰਦਾ ਸੀ, ਮੈਂ ਭਾਅ ਜੀ ਰੇਡੀਓ 'ਤੇ ਡਿਊਟੀ ਕੀਤੀ ਹੋਈ ਹੈ, ਮੈਂ ਐਜ਼ ਅਨਾਊਂਸਰ ਨਾ ਕੈਜੂਅਲ ਅਨਾਊਂਸਰ ਜਾਂਦਾ ਹੁੰਦਾ ਸੀ, 200 ਰੁਪਏ ਪਰ ਡਿਊਟੀ ਮਿਲਦਾ ਹੁੰਦਾ ਸੀ, ਔਰ ਅਜੇ ਅਨਾਊਂਸਮੈਂਟ ਤਾਂ ਮੈਨੂੰ ਅੱਜ ਵੀ ਆ, ਮੀਡੀਅਮ ਵੇਵ 222.2 ਮੀਟਰ ਯਾਨੀ 1350 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਸ਼ਾਮ ਦੇ 6:30 ਵਜੇ ਨੇ, ਅਤੇ ਲਓ ਹੁਣ ਸੁਣੋ ਰੋਜ਼ਾਨਾ ਵਾਂਗ ਦਿਹਾਤੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਝੋਨੇ ਦੀ ਅਗੇਤੀ ਕਟਾਈ ਬਾਰੇ ਗੱਲਬਾਤ ਕਰਾਂਗੇ ਡਾਕਟਰ ਮਹਿੰਦਰ ਸਿੰਘ ਦਸਾਂਝ ਦੇ ਨਾਲ, ਔਰ ਕਣਕ ਦੀ ਲਵਾਈ ਬਾਰੇ ਗੱਲਬਾਤ ਕੀਤੀ ਜਾਏਗੀ ਡਾਕਟਰ ਅਮਰੀਕ ਸਿੰਘ ਪੂਨੀ ਦੇ ਨਾਲ। ਗੀਤ ਸੰਗੀਤ ਸੁਣ ਸਕੋਗੇ ਨਰਿੰਦਰ ਬੀਬਾ ਅਤੇ ਆਸਾ ਸਿੰਘ ਮਸਤਾਨਾ ਦੀਆਂ ਆਵਾਜ਼ਾਂ ਵਿੱਚ, ਇਸ ਤੋਂ ਇਲਾਵਾ ਮੰਡੀਆਂ ਦੇ ਭਾਅ ਵੀ ਦੱਸੇ ਜਾਣਗੇ, ਅਤੇ ਆਓ ਸੁਣੋ ਦਿਹਾਤੀ ਪ੍ਰੋਗਰਾਮ। ਤਣਾ ਤਣ ਤਾਂ ਤਣ ਤਾਂ ਤਣ ਤਾਂ ਤਣ ਤਾਂ ਤਣ ਤਾਂ ਤਣ ਤਾਂ ਤਣ ਤਾਂ